ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਗੁਰੂ ਸਾਧ ਸੰਗਤ ਜੀ, ਨਗਰ ਬਾਠ ਕਲਾਂ ਦੇ ਵਿੱਚ ਸਰਬੱਤ ਸੰਗਤਾਂ ਦੇ ਸਹਿਯੋਗ ਦੇ ਨਾਲ ਅਤੇ ਪ੍ਰਦੇਸ਼ਾਂ ਦੇ ਬੱਠੇ ਭੈਣ ਭਰਾਵਾਂ ਅਤੇ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਤੀਸਰਾ ਕੈਂਪ ਲਾਇਆ ਗਿਆ ਹੈ, ਕੈਂਸਰ ਰੋਗੂ ਅਤੇ ਅੱਖਾਂ ਦਾ ਕੈਂਪ, ਜਿਸ ਵਿੱਚ ਤਕਰੀਬਨ 65 ਆਪਰੇਸ਼ਨ ਹੋਏ ਆ ਸਫਲ। ਤੋ ਅੱਜ ਫਿਰ ਜਿਹਨਾਂ ਭੈਣਾਂ ਭਰਾਵਾਂ ਦੇ ਬਜ਼ੁਰਗਾਂ ਦੇ ਆਪਰੇਸ਼ਨ ਹੋਏ ਆ, ਉਹਨਾਂ ਮਰੀਜ਼ਾਂ ਦੀਆਂ ਅੱਖਾਂ ਫਿਰ ਚੈੱਕ ਕੀਤੀਆਂ ਜਾ ਰਹੀਆਂ ਹਨ। ਸਾਡੇ ਕੋਲ ਬਹੁਤ ਹੀ ਮਾਹਰ ਡਾਕਟਰ ਪਹੁੰਚੇ ਹੋਏ ਹਨ, ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਇਸੇ ਤਰ੍ਹਾਂ ਗੁਰੂ ਮਹਾਰਾਜ ਕਿਰਪਾ ਕਰਨ, ਦਵਾਨੀ ਸੱਜਣਾ ਦਾ ਸੰਯੋਗ ਦੇ ਨਾਲ ਇਹ ਜਿਹੜਾ ਮਹਾਨ ਕੰਮ ਹੈ ਕਿਸੇ ਨੂੰ ਰੋਸ਼ਨੀ ਦੇਣੀ, ਕਿਉਂਕਿ ਜਿਹੜਾ ਅੱਖਾਂ 'ਤੇ ਨਹੀਂ, ਅੱਖਾਂ ਦੇ ਬਗੈਰ ਤਾਂ ਸਾਰਾ ਸੰਸਾਰ ਅੰਧੇਰਾ ਹੈ। ਸਿਆਣੇ ਕਹਿੰਦੇ ਨੇ ਵੀ ਅੱਖਾਂ ਗਈਆਂ ਅਤੇ ਜਹਾਨ ਗਿਆ, ਕੰਨ ਗਿਆ ਅਤੇ ਰਾਗ ਗਿਆ। ਅਤੇ ਇਸ ਕਰਕੇ ਇਹ ਜਿਹੜਾ ਕੈਂਪ ਲਾਇਆ ਗਿਆ ਹੈ, ਅਸੀਂ ਜਿੱਥੇ ਡਾਕਟਰ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਉੱਥੇ ਦਾਨੀ ਸੱਜਣਾਂ ਦਾ ਅਤੇ ਵਲੰਟੀਅਰਾਂ ਦਾ, ਖਾਸ ਕਰਕੇ ਵਲੰਟੀਅਰਾਂ ਦੇ ਸਹਿਯੋਗ ਦੇ ਨਾਲ ਇਹ ਜਿਹੜੇ ਕੰਮ ਅਰੰਭੇ ਜਾਂਦੇ ਹਨ ਸਫਲਤਾਪੂਰਵਕ ਹੋ ਰਿਹਾ ਹੈ। ਤੋ ਅਸੀਂ ਬਹੁਤ ਬਹੁਤ ਡਾਕਟਰ ਸਾਹਿਬਾਨ ਜੀਆਂ ਦਾ ਅਤੇ ਇਸ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਇਹ ਮਹਾਨ ਕੈਂਪ ਫ੍ਰੀ ਲਾਇਆ ਜਾ ਰਿਹਾ ਹੈ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਾਡੇ ਤੁਲਸੀ ਵਾਰਡ ਦੇ ਜਿਹਨਾਂ ਦਾ ਵਿਸ਼ੇਸ਼ ਯੋਗਦਾਨ ਰਹਿੰਦਾ ਹਰ ਸਾਲ ਇੱਥੇ ਨਗਰ 'ਚ ਆ ਕੇ, ਉਹ ਬਹੁਤ ਇੱਥੇ ਮਾਇਆ ਦੇ ਖੁੱਲ੍ਹੇ ਕੱਪੜੇ ਲਿਆ ਕੇ ਇਸ ਕੈਂਪ ਨੂੰ ਸਫਲਾ ਬਣਾਉਂਦੇ ਹਨ, ਉੱਥੇ ਆਪਣੀ ਹੱਥੀਂ ਵੀ ਸੇਵਾ ਕਰਦੇ ਹਨ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।